ਇਮਾਨ ਨਾਲ ਦੱਸੋ ਜਿਹੜਾ ਜਹਾਜ ਮੋੜ ਕੇ ਕਮੀ ਦਾ ਉਸ ਨੂੰ ਨਾ ਦੇ ਦਿੰਦੇ ਇੰਨਾ ਉਹ ਪਾਪਾ ਬਣਾ ਔਰ ਇਸ ਵਾਸਤੇ ਮੈਂ ਅਕਸਰ ਮਨੁੱਖਾਂ ਦੇ ਆਦਵਾਨਾ ਕਿ ਆਪਣੇ ਬੱਚਿਆਂ ਨੂੰ ਇਹ ਸੋਹਣੇ ਨਾਂ ਸਮਝਾਓ ਇਹਨਾਂ ਪਾਪਿਆਂ ਡੱਡੀਆਂ ਬੜੀਆਂ ਤੋਂ ਬਚਾਓ ਇਹ ਲਾਦਾ ਦੋ ਅੱਛਾ ਹੁਣ ਇਹ ਮੈਂ ਆਪਣੇ ਆਮ ਬੱਚਿਆਂ ਦੇ ਉੱਤੇ ਕਿਉਂ ਦੌਰ ਗੱਦਣਾ ਨਮਾਜ਼ ਵਾਸਤੇ ਆਪਣੇ ਬੱਚਿਆਂ ਜਿਹੜੇ ਅਲੀਉਨ ਵਲੀਉੱਲਾ ਪੜ੍ਹਦੇ ਹੁਣ ਨਮਾਜ਼ ਤਾਂ ਉਹ ਵਾਜਿਬ ਏ ਜਿਹੜਾ ਹਰ ਮੁਸਲਮਾਨ ਤੇ ਵਾਜਿਬ ਰਹਿਤ ਤਾਂ ਕਿਸੇ ਨੇ ਕਹੀ ਨਾ ਸੁੰਨੀ ਏ ਸ਼ੀਆ ਏ ਵਹਾਬੀ ਏ ਅਹਿਲ ਹਦੀਸ ਕੋਈ ਨਮਾਜ਼ ਉਹ ਫਰੀਜ਼ਾ ਹੈ ਜਿਹੜਾ ਹਰ ਕਹੀਂ ਤੇ ਵਾਜਿਬ ਅੱਗੋਂ ਮੈਂ ਥੋੜ੍ਹੇ ਥੋੜ੍ਹੇ ਇਖਤਲਾਫਾਤ ਤੇ ਗੱਤੇ ਮੌਲਵੀ ਅਗਰ ਕੋਈ ਹੱਥ ਬੰਨ ਕੇ ਮੈਂ ਪੜ੍ਹਦਾ ਹੋਵੇ ਇਦਲਾ ਮੌਲਵੀ ਕਾਵੜੇ ਖਲੋਤੋਂ ਆਉਂਦਾ ਕਾਹੀ ਨਹੀਂ ਆਉਂਦੀ ਡੇਢ ਬੱਧੇ ਖੜੇ ਜੇ ਕੋਈ ਛੋੜ ਕੇ ਮੈਂ ਪੜ੍ਹਦਾ ਹੋਵੇ ਤਾਂ ਉਹ ਆਪਣੇ ਖਲੋਤੋਂ ਇਹਦੀ ਵੀ ਕਾਹੀ ਨਹੀਂ ਹੈ ਮੱਖੀਆਂ ਪੈ ਮਰ ਬੰਨਣ ਵਾਲੇ ਤੇ ਛੋੜਾਂ ਵਾਲੇ ਨਾਰਾਜ਼ ਤੇ ਛੋੜਾਂ ਵਾਲਿਆਂ ਤੇ ਬੰਨਣ ਵਾਲੇ ਨਾਰਾਜ਼ ਜਿਹੜਾ ਬਿਲਕੁਲ ਨਹੀਂ ਪੜਦਾ ਉਸ ਨੂੰ ਨਾ ਸੁਣੀ ਕੋ ਜਾ ਤੇ ਨਸ਼ੀਆ ਵੱਡਾ ਮੋਮਿਨ ਇਹ ਫਰੀਜ਼ਾ ਹੈ ਇਹ ਤਾਂ ਇਹ ਵਾਜਿਬ ਹੈ ਪੜੋ ਸਹੀ ਜਿਵੇਂ ਹੀ ਪੜਨਾ ਹੱਥ ਬੰਨ ਕੇ ਪੜਨਾ ਜਨਾਬ ਅਬੂ ਹਨੀਫਾ ਦੀ ਸੁਨਤ ਹੈ ਹੱਥ ਛੋੜ ਕੇ ਪੜਨਾ ਪਾਕ ਰਸੂਲ ਤੇ 12 ਇਮਾਮਾਂ ਦੀ ਸੁਨਤ ਲੋੜੀ ਕਹਿ ਨਹੀਂ ਤੇ ਪਿਆਰ ਮੁਹੱਬਤ ਦੀਆਂ ਗੱਲਾਂ ਨਹੀਂ ਸੌਖਾ ਜਿੱਥੇ ਤੂੰ ਆਪ ਅੱਛਾ ਫਿਰ ਹੁਣ ਜਿਹੜੀ ਮੈਂ ਜਿਸ ਗੱਲ ਤੇ ਤੌਰ ਤੇ ਗਤਨਾ ਆਪਣੇ ਬੱਚਿਆਂ ਤੇ ਵੀ ਕਿਉਂ ਤੁਸੀਂ ਜ਼ਰੂਰ ਪੜੋ ਨਮਾਜ਼ ਫਿਰ ਆਉਂਦੀਆਂ ਦੁਆਈ ਤੂੰ ਬਈ ਨਹੀਂ ਗੱਲ ਇਹਨਾਂ ਪਹਿਲੇ ਤਾਂ ਦੁਆ ਆਉਂਦੀ ਹੈ ਨਮਾਜ਼ ਤੋਂ ਬਾਅਦ ਜਿਹੜਾ ਬੰਦਾ ਹੀ ਪੜਦਾ ਸ਼ੀਆ ਤੇ ਭਾਵੇਂ ਸੁਣੀ ਹੈ ਤੇ ਭਾਵੇਂ ਕੋਈ ਹੈ ਪਹਿਲੇ ਆਪਣੀਆਂ ਦੁਆਈਆਂ ਹੁੰਦੀਆਂ ਜ਼ਾਤੀ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਰਿਜ਼ਕ ਦੇ ਨੌਕਰੀ ਦੇ ਬੱਚੇ ਨੂੰ ਕਾਮਯਾਬੀ ਦੇ ਤੇ ਮੈਨੂੰ ਯਾਦ ਹੈ ਕਿ ਮੈਂ ਮਰਹੂਮ ਮੌਲਾਨਾ ਮੁਹੰਮਦ ਇਸਮਾਈਲ ਦੇ ਲਫ਼ਜ਼ ਜ਼ਿਲ੍ਹਾ ਫੈਸਲਾਬਾਦ ਦੇਖਿਆ ਆਈ ਉੱਥੇ ਪੜ੍ਹਦੇ ਆ ਤੇ ਮੈਂ ਉਹਨਾਂ ਦੇ ਬਾਅਦ ਪੜ੍ਹਨਾ ਮੈਂ ਵਿੱਚ ਬੈਠਾ ਹਾਂ ਉਹ ਪੇ ਫਰਮੈਨ ਜਾਣੇ ਮੇਰਾ ਸੀ ਤੇ ਮੁੱਲਾ ਮਸੀਤ ਇਕੱਠੇ ਦੋਵਾਂ ਨਮਾਜ਼ ਪੜ੍ਹੀ ਗਈ ਦੁਆ ਪਈ ਮੰਗੀ ਵੇ ਮੁੱਲਾ ਪਿਆ ਕੇ ਅੱਲਾ ਤਾਈਂ ਇਮਾਨ ਦੇ ਮੇਰਾ ਸੀ ਪਿਆ ਕੇ ਅੱਲਾ ਤਾਈਂ ਦਾਣਿਆਂ ਦੇ ਆਪਦਾ ਕਿ ਮੌਲਵੀ ਆ ਕੇ ਕੀ ਪੇ ਮੰਗਣਾ ਉਹਦਾ ਕਿ ਜਿਹੜੀ ਸ਼ਾਇਦ ਨਾ ਹੋਵੇ ਉਹ ਮੰਗੀ ਨਹੀਂ ਦਾਣਾ ਕੋਈ ਨਹੀਂ آخری دعا ہوندی ہے ہر بندے دی کہ میرا اللہ جنت بولو انجی گل ہے وڈی دعا آخری اپنی ذاتی دعائیں تو بعد کہ میرا اللہ جنت ہے کچھ لوگ آتے ہیں میرا اللہ تینو آل محمد کا واسطہ جنت ہے آل نال ہوں چنگا نہیں ہوتا کملی والے تے تک نہیں پہنچ بس جنت مقصد وسیلیاں نال تے بھاویں بغیر وسیلے دے تانگ رکھی بیٹھا جنت دے ملک دی اے پکے جو اے ملک چھوڑنا ਤੇ ਜੰਨਤ ਦੇ ਮੁਲਕ ਦੀਆਂ ਇੰਤਜ਼ਾਰਾਂ ਤੇ ਜੰਨਤ ਛੋਟਾ ਜਿਹਾ ਟੋਟਾ ਨਹੀਂ ਔਰ ਤੁਸੀਂ ਹੈਰਾਨ ਹੋ ਸੋ ਇੱਕ 15-20 ਦਿਹਾੜੇ ਹੋਏ ਮੈਂ ਜ਼ਮੀਨਾਂ ਬੈਠਾ ਪੜ੍ਹਦਾ ਹਾਂ ਸਰਕਾਰ ਅਲਾਮਾ ਮਕਬੂਲ ਅਹਿਮਦ ਸਾਹਿਬ ਉਹ ਜਿਹੜੀ ਤਫਸੀਰ ਲਿਖੀ ਆਈ ਜਿਹਦੇ ਪਾਬੰਦੀ ਵੀ ਰਹੀ ਹੈ 25 ਸਾਲ ਹਕੂਮਤ ਨੇ ਇਸ ਨੂੰ ਬੰਦ ਕਰ ਦਿੱਤਾ ਬਾਅਦ ਵਿੱਚ ਮੁਲਕ ਖੁੱਲ੍ਹ ਹੋਏ ਉਹ ਮੌਲਾਨਾ ਕਿਬਲਾ علامہ مقبول احمد صاحب نے تفسیر کی دی ہے تے زمینے دا مطلب ہے یعنی انہاں دریا نو کوجے وچ بند کیتا او میں اوپر دا بیٹھا ہوں جنات تجری میں دا انہار کی تفسیر
ਉਹ ਪਹਿਲੇ ਲਿਖ ਦੇਣ ਜਣੇ ਇੱਕ ਦਿਨ ਜਿਬਰਾਇਲ ਅਰਦ ਕੀਤਾ ਪਰਵਰਦਿਗਾਰ ਦੀ ਦਰਬਾਰ ਕਿ ਮੇਰਾ ਅੱਲਾਹ ਮੈਂ ਤੇਰੀ ਜੰਨਤ ਵੇਖਣਾ ਚਾਹਨਾ ਹੁਕਮ ਹੋਇਆ ਵੇਖ ਵੇਖ ਜਿਬਰਾਇਲ ਨੇ ਪਰਵਾਜ਼ ਕੀਤਾ ਤੇ ਇੱਕ ਘੰਟਾ ਗੱਲ ਮੈਂ ਵੀ ਤਿੱਕੀ ਤਿੱਕੀ ਕਰ ਲਈਏ ਤੇ ਤੁਸੀਂ ਸੁਣ ਲਈਏ ਜਲਦੀ ਜਲਦੀ ਤੇ ਕਹਿੰਦਾ ਤਨਹਾਈ ਚ ਗਵੇੜ ਕਰੇ ਨਾ ਕਿ ਕਿਤਨਾ ਇੱਕ ਤਿੱਖਾ ਪਰਵਾਜ਼ ਹੋ ਸੀ ਇੱਕ ਗੱਲ ਤੂੰ ਅੰਦਾਜ਼ਾ ਚਲਾਇਓ ਮਦਰੀਆਂ ਬਿਰਾਵਾਂ ਛੱਡਿਆ ਖੂਹ ਵਿੱਚ ਨਬੀ ਨੂੰ ਇਹ ਬੈਠਾ ਸਿਲਸਿਲਤੁਲ ਮੁੰਤਹਾ ਤੇ ਕਰੋੜਾਂ ਮੀਲਾਂ ਦਾ ਫਾਸਲਾ ਕਰੋੜਾਂ ਮੀਲਾਂ ਦਾ ਸਿਲਸਿਲਤੁਲ ਮੁੰਤਹਾ ਤੇ ਬਿਰਾ ਪੈ ਛੱਡਦੇ ਨੇ ਖੂਹ ਵਿੱਚ ਯੂਸਫ ਨੂੰ ਤੇ ਆਵਾਜ਼ ਕੁਦਰਤ ਪਈ ਆਉਂਦੀ ਹੈ ਜਿਬਰਾਇਲ ਅਗਰ ਮੇਰੇ ਨਬੀ ਨੂੰ ਕਿਥਾਈ ਕੋਈ ਜ਼ਖਮ ਆ ਗਿਆ ਜਾਂ ਕਿਦਾਈ ਕਾ ਸੱਟ ਲੱਗ ਗਈ ਤਾਂ ਤੇਰੀ ਤਾਕਤ ਜਿਬਰੀਲੀ ਖਸ ਰਹੀ ਸੀ ਦਾਵੀਂ ਜਾਂ ਯਾਰਵੀਂ ਇੱਟ ਫਾਸਲਾ ਕਿਤਨਾ ਹੈ ਕਾ ਖੂਹ ਦੀ ਮਨ ਤੋਂ ਦਾਵੀਂ ਇੱਟ ਤੱਕ ਤੇ ਕਰੋੜਾਂ ਮੀਲਾਂ ਦਾ ਫਾਸਲਾ ਤੇ ਪਰਵਾਜ਼ ਕੀਤੀ ਤੇ ਪਰਾਂ ਤੇ ਆਣ ਕੇ ਜਲ ਕੇ ਬਾਈ ਕਿਤਨੀ ਤੇਜ਼ ਰਫਤਾਰੀ ਇਸ ਰਫਤਾਰ ਨਾਲ ਇੱਕ ਘੰਟਾ ਪਰਵਾਜ਼ ਜੰਨਤ ਮੇਰੇ ਨਾਲ ਥੱਕ ਗਿਆ ਜੰਨਤ ਰਹਿ ਗਈ ਤੇ ਮੈਂ ਤਾਂ ਥੱਕ ਪਿਆ ਹੁਕਮ ਹੋਇਆ ਮੈਂ ਕੰਜੂਸ ਬਾਦਸ਼ਾਹ ਨਾ ਹੋਰ ਨਵੀਂ ਤਾਕਤ ਲੈ ਨਵੇਂ ਪਰ ਲੈ ਵੱਧ ਵੇਖ ਦੁਬਾਰਾ ਵੱਧ ਪਰਵਾ ਜਿਸ ਵੇਲੇ ਅੱਧ ਘੰਟਾ ਕਰ ਰਹੇ ਇੱਕ ਹੋਰ ਨੇ ਜਾਤੀ ਪਾਈ ਬਾਰੀ ਚ ਯਾ ਖਾ ਜਿਬਰਾਇਲ ਮਾ ਤੁਰੀਦ ਭਾਈ ਜਿਬਰੀਲ ਕੇ ਪ੍ਰੋਗਰਾਮ ਹੈ ਫਰਮਾਇਆ ਅਨਦਰੋ ਜੰਨਤ ਅੱਲਾਹ ਅੱਲਾਹ ਦੀ ਜੰਨਤ ਵੇਖਣਾ ਚਾਹਨਾ ਫਰਮਾਇਆ ਫਿਰ ਇਰਾਦਾ ਮੁਲਤਵੀ ਚ ਕਰ ਅੰਤ ਫੀ ਸੈਨੀ ਡੇਢ ਘੰਟੇ ਦਾ ਮੇਰੇ ਵੇੜੇ ਚ ਵਧਾ ਤੁਹਾਡਾ ਵੇੜਾ ਹੈ ਜੀ ਆ ਮਨ ਇਸ ਮੌਕੇ ਤੇ ਤੁਹਾਡਾ ਨਾਮ ਕੀ ਫਰਮਾਇਆ ਇਸਮੀ ਸਿਲਮਾ ਮੇਰਾ ਨਾਮ ਸਿਲਮਾ ਹੈ ਫਰਮਾਇਆ ਕਈ ਦੇ ਵਾਸਤੇ ਹੱਕ 'ਚ ਬੈਠੇ ਹੋ ਜਾਂ ਸਿਰਫ ਜਾਇਦਾਦਾਂ ਲਈ ਬੈਠੀ ਫਰਮਾਇਆ ਮੈਂ ਉਹਦੇ ਹੱਕ 'ਚ ਬੈਠੀ ਹਾਂ ਜਿਹੜਾ ਜ਼ਹਰਾ ਦੇ ਦਰਵਾਜ਼ੇ ਦੇ ਦਾੜੀਆਂ ਨਾਲ ਬਾਹਰ ਜੰਨਤ ਦੇ ਮੁਲਕ ਦੀਆਂ ਇੰਤਜ਼ਾਰਾਂ ਕਿਉਂ ਬਈ ਨੇ ਗੱਲ ਤੇ ਮੇਰੇ ਕੋਲ ਤਾਂ ਢੇਰ ਸਿਆਣੇ ਬੰਦੇ ਬੈਠੇ ਹੋ ਦੂਏ ਮੁਲਕ ਚ ਵੰਜਣਾ ਹੋਵੇ ਆਪਣੇ ਮੁਲਕ ਤੋਂ ਬਾਹਰ ਤਾਂ ਦੋ ਚੀਜ਼ਾਂ ਦਾ ਹੋਣਾ ਜ਼ਰੂਰੀ ਹੁੰਦਾ ਉਹ ਬਹੁਤ ਜ਼ਰੂਰੀ ਆਉਂਦੀਆਂ ਦੋ ਇੱਕ ਪਾਸਪੋਰਟ ਅਤੇ ਇੱਕ ਵੀਜ਼ਾ ਬੋਲੋ ਇਹ ਗੱਲ ਹੈ ਦੂਆ ਸਮਾਨ ਜਿਹੜਾ ਹੁੰਦਾ ਉਹ ਜ਼ਰੂਰਤ ਕਈ ਹੁੰਦੀਆਂ ਜਿਵੇਂ ਲੋੜ ਹੋਵੇ ਕੋਈ ਕੱਪੜਾ ਦਿਗੜੀ ਜਾਂ ਕੋਈ ਖਾਣ ਪੀਵਣ ਦੀ ਇਹ ਦੋ ਵਾਜਬ ਹੁੰਦੀਆਂ ਚੀਜ਼ਾਂ ਵੀਜ਼ਾ ਅਤੇ ਪਾਸਪੋਰਟ ਪਾਸਪੋਰਟ ਦਿੰਦੀ ਹੈ ਆਪਣੀ ਹਕੂਮਤ ਜਿੱਥੋਂ ਵੰਜਣਾ ਹੋਵੇ ਪਹੁੰਚ ਗਏ ਹੁਣ ਤੁਸੀਂ ਨਹੀਂ ਪਹੁੰਚਣਾ ਤਾਂ ਰੱਬੇ ਨਾ ਪਹੁੰਚਣਾ
ویزہ دین دیئے او حکومت جتھے بجنا پاسپورٹ تو میں بڑھوا لیا. ایک مثال پہ دینا بن گیا ادھوں بھی ٹھیک ٹھاک آ اتوں بھی بالکل صحیح آ جدو کیوں سونا کئی رنگ برنگا بڑی بنیا فاٹا والا بن گیا کراچی وہ جہاز تے چلتے ہیں وہ امیگریشن والے واسطے نہیں چیک کریا ہے پاسپورٹ اپنا ویا ہے جی پاسپورٹ لو جی انہیں تر چار بھر کے پڑتے ہیں جی تو کتنے بننا ہے میں کہ جی عراق بننا کربلا مولا پاک زیارت پہ انہیں کہ تھوڑا ویزا بھی کوئی نہیں لگا میں کہ جی تھی ویزے نہ چھوڑو تو میرا پاسپورٹ ورک پاسپورٹ انہیں کہ جی ویدے پہ ہاں پاسپورٹ بڑا سونا ہے کتوں کتوں چنجالا بھی ہے کتوں وعدہ گاٹا بھی ہے لیکن ویزا جو بچ کوئی نہیں. اور جی میں مولوی صاحب ہاں اس لیے غصے چاہیے کاپی کی چنڈ چ نپ کے مرے منہ تین منہ باویں باہ مجھے باویں ہزارہ کا مجمع سنی بھائی ہو شیعہ ہو جیڑے ہی ہو نماز قیام کرنا تھوڑا پاسپورٹ ہے رکوع کرنا پاسپورٹ ہے سجدہ کرنا پاسپورٹ ہے تے ویزا بچ ویلا ہے زین العابدین نبی ایک لاکھ چوبیس ہزار پیغمبر زین العابدین کوئی نہیں بمائے ساڈے ختم المرسلین. حالانکہ ساڈے رسول این عبادت کیتی ہے جو کئی عبادت کرنے والے نو اللہ نہیں فرمایا گھٹ کر عبادت. ساڈے رسول پاک نو حکم پہ ہوندا یا ایھا المزمل قم من اللیل الا قلیل. حکم الوڑ کے کھلوان والے پڑھ نمازا کھلو لیکن اتنا ہی نہ کھلو جو تیرے پیروں تے بھرا ما گٹ کر گٹ کر. لیکن لقب زین العابدین میرے آقا مظلوم کربلا یا سجدہ کہہ دیا لقب سید الشہداء ہے زین العابدین. تو پھر میں بغیر جھجک دیا دونا کہ اس بندے دا مقدر ہمالیہ پہاڑ تو اچا ہے جہاں دا امام زین العابدین. اور پھر امام تو زین العابدین ہوئے تے محب واجب نہ پڑے اے وقت محبت نہیں اے کوڑ وقت دلوں منیا نہیں. کربلا دے شہداء دے چھواں امر ہوندا پیا جہاد فروئے دین نے چھواں امر جہاد ہے نا. کوئی زمانہ دا ماں پیو بچوں پڑھیندے ہیں گولی پھرتے آ نا بال سنو آپ یاد ہے سنو آپ ماوا سبق دیتی ہیں کہ تیرے کو کوئی پوچھے تیرے اصول دین دے کتنے
तू आख जू पांच। कोई पूछे तेरे इमाम कितने, तू आख जू बारह। ये माँ प्यो सबक देंदे हैं बच्चे। तेरे कोल को पूछे तेरे फरूदीन दे कितने, तू आख जू दस। उन्ने च पहला नमाज, रोजा, हज, जकात, खौम्स, जिहाद, नेकी दा अमर देवना ते खुद भी नेकी कर। नई अनिल मुनकर बुराई तो रुकना भी ते रोकना। आले मोहम्मद दे नाल मोहब्बत ते आले मोहम्मद दे दुश्मना तू बेजारी। ए हां फरूगे दी तो ये छेवां अमर जिहाद करबला च होंदा पे। अगर एक नमाज हुसैन न पढ़दा दामी नू, और बड़ी औखी नमाज पढ़ी, बहु औखी, इतनी औखी नमाज मेरे आका पढ़ी है। मौका होया तो मुझे तेरी टाइम आसी तो मैं बताते थे सरदारी, इसलिए शहादत में पढ़ता दस नू सवेरे अठ बजे मैं तैयारी देसा, मौला खैर करे से। उस मैं कुछ दस देता कि मजलूम है करबला किवें औखी नमाज। अगर ये नमाज ना पढ़ी हुई तो एक अमर का वाजिब होता पिया, या जितने बाकी शहादा है छोटिया बच्चिया तू लैके 80 साल के बुढ़ने तक। आखिरी टाइम अबू समामा सदा भी पियादा, जितने टोटल 7 बंदे बच गए मजलूम दे फौजिया च, 7 बंदे। अबू समामा पियादा रात अचान आखिरी नमाज क्यों जमात च करायो, तोड़े आखिरी नमाज ही तेरे पीछे पड़ रहे। फिर मैंने जालक अल्लाह मिन अल मुसल्लीन, अल्लाह तैनु नमाजियां जो उठाए वो कोई वक्फा देन दे पाएं जो मैं जमात करे, या तक कि उन्होंने आखवा एक थोड़ा जी देर तक करे ना रोके ना के बाद जमात वो बाद चल करें पाए। अभी 4-5 बच्चे खड़ोते हैं, 7-4 कराए ना तो त्राए थोड़े अगू पिछू हो गए। वो जड़े तीर आंदे रहते ना वही चले दे रहता हाँ जी साढ़े कोई बच गया था वो दूसरे हाथ चपड़ गरम हो गया है मौत का बाजार दामन। और मेरा ख्याल मेरी काम में कुछ पता भी है, मैं कई दफा दस भी चुका हूं मजिशा दे कि मैं 6-8 साल शहादत सिर्फ मुहर्रम पढ़ना पूरा साल, मैं कभी कोई शहादत हाँ सिर्फ एक हजरत इमाम हुसैन अलैहिस्सलाम की शहादत कभी 18 जेठ होवे या 10 हाड़ दी होवे तो वो पढ़ना, बाकी कभी कोई शहादत। सारे मसाए मेरे करबला तू बाद दे वाकया था, ये मुहर्रम दे अय्याम च मैं मसाए शहादत पढ़ना। और फिर मैं कभी कभी सोचे ना कि मेरी बिरादरी जल्दी जल्दी किवें एडे अजीम मसाए मिनटें मुका ही रहते हैं। ये तो अपनी जहानत और अपने तजर्बे के तहत लफ्स अगा पिछा करके किनाए वरत के शहादत पढ़ी दियां, जे मैनों वो कुछ पढ़िया वे जरा कुछ रावियां लिखिया है शिया जिंदा ही कोई ना। आका बैठे बाजार गरम मौत, जिदे किदे तबल पे वक दिन मारो बागी नू मारो, आज मारो आज मारो आज आज। तो 3 मिनट नहीं तभी दे बाय के पढ़ना वैन में 3 जड़ करने लो मैं खड़ो के करे वो भी मजबूरी है, वरना सारी जिंदगी कभी बाय के ना पढ़िया वो भी मौला माफी दे। से अकीदत भी कुछ है मेरी थोड़ी बाली। मेरे आका ने दामी दी रात ने कुछ हिस्से कीते जिमें कि सुनते रहते हो, कुछ हिस्सा इबादत वास्ते रखे ने, कुछ हिस्सा हमशीर वास्ते रखे ने, कुछ अपने परदादारा वास्ते ते कुछ अपनिया असहाबा ते अपने रिश्तेदारा दियां बीविया जिन्हां दे बच्चे नाल हैं उन्होंने। ये अध रात तो बाद मेरा मौला टुरिया है खयाम दे वे। इस खेमे के बाहरों आया ना जिस तरह जनाब उम्मे फरवा कासिम की मां
ਬਹੁਤ ਪਹੁੰਚ ਗਏ ਹੋ, ਤੁਸੀਂ ਪਹੁੰਚ ਗਏ ਹੋ ਤੇ ਮੈਂ ਹੁਣ ਦੇਰ ਨਾ ਲੈ ਸਕਦਾ। ਅੱਲਾ ਜੰਨਤ ਨਸੀਬ ਕਰੇ ਕਿਬਲਾ ਅਲਦਾ ਰਸਨ ਬੈਦੀ ਨੂੰ। ਸਨ 68 ਦੀ ਗੱਲ ਹੈ, ਮੁਲਤਾਨ ਸ਼ਾਗਿਰਦ ਮੈਂ ਉਹਦੇ ਸ਼ਾਗਿਰਦ ਮੁਹਰਮ ਪੜ੍ਹਦਾ, 5-7 ਮੁਹਰਮ ਮੈਂ ਪੜ੍ਹਿਆ ਉਸ ਸਾਲ, ਉਹ ਵੀ ਆਏ। ਮੈਂ ਉਹਨਾਂ ਦੇ ਕੋਲ ਪੁੱਛਿਆ ਕਿਬਲਾ ਇਹ ਬਣੀ ਹਾਸ਼ਮ ਹਿੰਦ ਤਾਂ ਸਾਰੇ ਅਮੀਰ, ਕਾਸਿਮ ਨੂੰ ਅਮੀਰ ਕਾਸਿਮ ਕਿਉਂ ਆਖਦੇ? ਸ਼ਹਿਜ਼ਾਦੇ ਦਾ ਨਾਂ ਜਦੋਂ ਲੈਂਦੇ ਹੋ ਆਖਦੇ ਨੇ ਅਮੀਰ ਕਾਸਿਮ, ਅਮੀਰ ਕਾਸਿਮ ਸਾਰੇ ਅਮੀਰ ਹਨ। ਤੇ ਮੈਂ ਕਿਹਾ ਕਿਬਲਾ ਇਹਨਾਂ ਨੂੰ ਅਮੀਰ ਕਾਸਿਮ ਕਿਉਂ ਆਖਿਆ ਪੈਂਦਾ? ਅੱਲਾ ਇਹਨਾਂ ਨੂੰ ਕਰਵਟ ਕਰਵਟ ਜੰਨਤ ਨਸੀਬ ਕਰੇ। ਬੜਾ ਫਕੀਰ ਆਲਮ ਆ, ਬਲੀ ਆ ਆਪਣੇ ਦੌਰ ਦਾ। ਉਹ ਫਰਮਾਉਂਦੇ ਹੁੰਦੇ ਹਨ ਬੇਟਾ ਮੈਂ ਉਰਦੂ ਵਿੱਚ ਬੋਲਿਆਂਦੇ ਹਨ, ਮੈਂ ਆਪਣੀ ਜ਼ਬਾਨ 'ਚ ਦੱਸਦਾ। ਉਹਨਾਂ ਫਰਮਾਇਆ ਬੇਟਾ ਮੈਂ ਇਤਨਾ ਤੈਨੂੰ ਦੱਸ ਸਕਣਾ, ਇਤਨਾ ਤੁਹਾਨੂੰ ਪਤਾ ਹੈ ਕਿ ਕਿਤਨਾ ਸੰਨਾ ਸ਼ਹਿਜ਼ਾਦੇ ਦਾ ਜਿਸ ਵੇਲੇ ਸ਼ਹੀਦ ਹੋਇਆ। ਮੈਂ ਕਿਹਾ ਜੀ ਅਕਸਰ 13 ਸਾਲ ਠੀਕ 13 ਸਾਲ ਜਾ ਕੇ ਉਹ ਅਮੀਰ ਸ਼ਹਿਜ਼ਾਦਾ ਹੈ ਕਿ 13 ਸਾਲ ਜਿਸ ਨੂੰ ਰੋਟੀ ਮਾਂ ਆਪ ਖਵਾ। ਆਪਣੇ ਹੱਥਾਂ ਜਿਹੜਾ ਨਿਵਾਲਾ ਨਹੀਂ ਪੱਜ ਸਕਦਾ, ਗਿਆਨ ਨਹੀਂ ਪੱਜ ਸਕਦਾ, ਉਸਨੂੰ 13 ਸਾਲ ਮਾਂ ਰੋਟੀ ਖਵਾਈ। ਤੇ ਜਿਹੜਾ ਆਪ ਲੁਕਮਾ ਨਹੀਂ ਪੱਜ ਸਕਦਾ, ਅਲਾ ਜਾਣੇ ਉਹ ਘੋੜਿਆਂ ਤੇ ਲੈ ਆਇਆ ਕਿਵੇਂ। ਇਸ ਖੈਮੇ ਦੇ ਬਾਰੇ ਪਾਕ ਸੈਨ ਦੀ ਕੰਡ ਦਰਵਾਜ਼ਿਆਂ ਦੇ ਪਾਸ ਅੱਗੂ ਪੁੱਤਰ ਨੂੰ ਬਾਈ ਬੈਠੀ ਤੇ ਬੇਟੀ ਫਰਮਾਉਂਦੀ ਹੈ ਕਾਸਿਮ ਬੇਟਾ ਸ਼ਾਇਦ ਤੈਨੂੰ ਪਤਾ ਹੋ ਸੀ ਜਾਂ ਨਾ ਹੋ ਸੀ, ਪੁੱਤਰ ਮੈਂ ਤੁਹਾਡੀ ਕੁਫ ਦੀ ਨਾ, ਮੈਂ ਬਣੀ ਹਾਸ਼ਮ ਨਾ, ਮੈਂ ਗੈਰ ਕੁਫ ਹਾਂ। ਜਾਇਆ ਮੈਂ ਹੈ, ਪਾਲਿਆ ਮੈਂ ਹੈ, ਦੁੱਧ ਮੈਂ ਪਿਵਾਇਆ ਤੇ ਵਡੇਰੇ ਮੇਰਾ ਪੁੱਤਰ ਹਨ ਕੁਰਬਾਨੀਆਂ, ਮੇਰੇ ਦੁੱਧ ਨੂੰ ਲਜਾਏ ਨਹੀਂ। ਬਹੁ ਸੋਹਣੀ ਕੁਰਬਾਨੀ, ਮੇਰਾ ਪੁੱਤਰ ਭੁੱਲ ਕੇ ਵੀ ਦਰਿਆ ਵਾਲੇ ਪਾਸੇ ਨਾ ਵੇਖੇ, ਇਹ ਨਾ ਆਖੇ ਜੀ ਡਰ ਗਿਆ ਤੇ ਘਬਰਾ ਗਿਆ ਤੇ ਤਰੇ ਤੂੰ ਪਾਣੀ ਦੇ ਰੁਪਏ ਵੇਖਦਾ। ਦਾਣਾ ਬਖਤਰੀ ਉਸ ਵੇਲੇ ਬਖਸ਼ੇ ਸਾਂ ਜਿਸ ਵੇਲੇ ਮੈਨੂੰ ਦੱਸਿਓ ਨੇ ਜੋ ਤੇਰੇ ਪੁੱਤਰ ਦੀ ਲਾਸ਼ ਤੇ ਘੋੜੇ ਭੱਜ ਗਏ। ਮਾਂ ਦੇ ਪਾਸੇ ਨਹੀਂ ਹੇਠਾਂ ਜ਼ਮੀਨ ਤੇ ਲੀਕ ਕੇ ਮਾਰ ਕੇ ਆਦਾ ਬੈਠਾ, ਅੰਮਾ ਦੁਆ ਕਰੋ ਚਾਚਾ ਇਜਾਜ਼ਤ ਦੇ ਸੀ। ਖੇਮੇ ਤੋਂ ਲੈ ਕੇ ਮੈਦਾਨ ਤਾਈਂ ਤਾਂ ਮੈਂ ਕਾਸਿਮ ਲਾਸਾਂ, ਜਦਾ ਵਾਪਸ ਆਸਾਂ ਤਾਂ ਤਕਸੀਮ ਹੋ ਕੇ। ਮੈਦਾਨ ਤਾਈਂ ਮੈਂ ਕਾਸਿਮ ਰਾਸਾਂ, ਜਿਸ ਵੇਲੇ ਵਾਪਸ ਹੋ ਸਾਂ ਤਾਂ ਵੱਧ ਮੈਂ ਤਕਸੀਮ ਹੋ ਸਾਂ। ਸ਼ਾਬਾਸ਼ ਮੇਰਾ ਪੁੱਤਰ, ਮੈਨੂੰ ਉਮੈਦ ਵੀ ਤੇਰੇ ਤੇ ਵੀ, ਮੇਰੇ ਦੁੱਧ ਦੀ ਲੱਗ ਰੱਖਣੀ ਚੜ੍ਹਦਾ ਦਿਓ। ਖੈਮੇ ਦੇ ਵਿੱਚ ਆ ਕੇ ਆਪ ਅਮਾਮਾ ਬੱਧਾ ਸੀ, ਆਪ ਅਬਾ ਪਵਾਈ ਸੀ, ਕਮਰ ਨਾਲ ਤਲਵਾਰ ਹਮਾਇਲ ਕੀਤੀ ਸੀ, 4 ਦਫਾ ਨਾਦ ਅਲੀ ਪੜ੍ਹ ਕੇ ਦਮ ਕੀਤਾ ਸੀ। ਬਸ ਸੱਜੀ ਬਾਂਹ ਨੱਪ ਕੇ ਦਿਆ ਦੀ, ਆ ਹੁਣ ਮੈਂ ਤੈਨੂੰ ਚਾਚੇ ਕੋਲ ਲੈ ਵਾ। ਬਾਂਹ ਨੱਪ ਕੇ ਆਉਂਦੀ ਪਈ ਹੈ, ਬਾਹਰ ਬੈਠਾ ਮੇਰਾ ਆਕਾ ਕੋਲ, ਜਨਾਬ ਅੱਬਾ, ਜਨਾਬ ਅਕਬਰ, ਰਬੀਬ, ਜ਼ੁਹੈਰ, ਮੁਸਲਿਮ ਵਗੈਰਾ ਸਾਰੇ। ਪਰ ਮੈਨੂੰ ਲੈ ਮੇਰਾ ਪੁੱਤਰ ਅੱਗੋਂ ਮੈਂ ਨਾ ਆਉਂਦੀ ਤੇ ਤੂੰ ਮੰਨ ਤੇ ਪਹਿਲੀ ਇਜਾਜ਼ਤ ਤੂੰ ਮੰਗ, ਤਾਂ ਕਿ ਮੈਂ ਸੁਰਖਰੂ ਹੋ ਵਜਾਂ, ਮੈਂ ਫਖਰ ਕਰਾਂ ਤੇਰੀ ਦਾਦੀ ਦੇ ਅੱਗੇ ਜੋ ਪਹਿਲੀ ਕੁਰਬਾਨੀ ਮੇਰੀ। ਲੈ ਮੈਂ ਅੱਗੇ ਨਹੀਂ ਆ ਸਕਦੀ, ਮੇਰਾ ਪੁੱਤਰ ਬਗੈਰ ਬੈਠਣ ਤੂੰ ਮੰਨ। ਅੱਗੇ ਜਨਾਬ ਅੱਬਾਸ ਆਦੇ ਬੈਠੇ ਆਕਾ,
ਹੁਣ ਮੈਨੂੰ ਇਜਾਜ਼ਤ ਦਿਓ, ਮੇਰਾ ਹੱਕ ਬਣਦਾ, ਮੈਂ ਵੱਜਾਂ ਮੈਦਾਨ ਵਿੱਚ। ਰਾਜੇ ਦੇ ਪਾਸੇ ਵੇਖ ਕੇ ਫਰਮਾਉਂਦੇ ਹਨ, ਤੇਰੇ ਵੱਜਣ ਨਾਲ ਤਾਂ ਮੇਰੀ ਕਮਰ ਟੁੱਟ ਗਈ ਸੀ, ਕਮਰ ਟੁੱਟ ਗਈ ਸੀ। ਅਲੀ ਅਕਬਰ ਅੱਗੇ ਵਧਿਆ, ਬਾਬਾ ਮੇਰਾ ਹੱਕ ਹੈ, ਲੋਕ ਇੰਝ ਨਾ ਆਖੇ ਨਾ ਆਪਣੇ ਬਚਾਈ ਰੱਖੇ ਤੇ ਦੁਨੀਆਂ ਨੂੰ ਮਰਿਆਂਦਾ ਰਿਹਾ। ਪਰ ਮੈਂ ਦਿਨ ਅਕਬਰ ਤੇਰੇ ਵੰਜਣ ਨਾਲ ਮੇਰਾ ਅੱਖੀ ਦਾ ਨੂਰ ਖੜਦਾ। ਅਲੀ ਅਕਬਰ ਇਹ ਗੱਲ ਕੀਤੀ, ਇਹ ਤੂੰ ਸ਼ਹਿਜ਼ਾਦਾ ਅੱਗਾਂ ਵੱਧ ਕੇ ਆਦਾ, ਚਾਚਾ ਮੈਨੂੰ ਭੇਜ ਨਾ ਕਹੀਂ ਦਾ ਨੂਰ ਖੜਦੀ, ਚਾਚਾ ਨਾ ਕਹੀਂ ਕਮਰ ਤੁੱਟਦੀ, ਮੈਂ ਯਤੀਮਾ ਮੈਨੂੰ ਭੇਜੋ। ਸਾਲ ਤੋਂ ਬਾਅਦ ਅੱਜ ਦੀ ਰਾਤ ਇਹ ਮੱਥਾ ਇੱਥੇ ਪੜੇ, ਔਰ ਖੁਸ਼ਕਿਸਮਤ ਦੇ ਨੂੰ ਨੌਜਵਾਨ ਬੱਚੇ ਜਿਹੜੇ ਕਾਸ਼ਮ ਦੇ ਨਾਂ ਤੇ ਰੋਂਦੇ ਨੇ, ਬਹੁਤ ਸੋਹਣਾ ਯਾਸਮ ਦਾ ਪੁੱਤਰ, ਉਸ ਮਾਂ ਤੋਂ ਪੁੱਤਰ ਪੁੱਛ ਜਿਹੜਾ 13 ਸਾਲ ਦਾ ਹੋਏ, ਜਵਾਨੀ ਚੜ੍ਹਦਾ ਪਿਆ ਹੋਏ ਤੇ ਮਾਂ ਬੈਠੀ ਆਉਂਦੀ ਹੋਵੇ, ਸ਼ਾਲਾ ਸੁਣੋ ਕੇ ਮਰੇ ਤੇਰੀ ਕੁਰਬਾਨੀ ਫਰਕ ਨਾ ਆਵੇ। ਉਹ ਜਵਾਨ ਪੁੱਤਰਾ ਮੌਲਾ ਤੁਹਾਡੀਆਂ ਜ਼ਿੰਦਗੀਆਂ ਦਰਾਜ਼ ਕਰੇ, ਕੈਸਾ ਮਾਂ ਉਹ ਜਿਸਨੇ ਹਸਨ ਕਾਸਿਮ ਆਖੇ, ਬਾਬਾ ਨਾ ਮੇਰੇ ਵੰਜਣ ਨਾਲ ਕਹੀਂ ਦਾ ਨੂਰ ਘਟਣਾ, ਨਾ ਕਹੀਂ ਦੀ ਕਮਰ ਤੁਰਨੀ ਹੈ, ਮੈਂ ਯਤੀਮ ਜੂ ਹਾਂ ਮੈਨੂੰ ਭੇਜ। ਮੇਰੇ ਆਗਾ ਵੱਧ ਕੇ ਝੋਲੀ ਚ ਪਾਇਆ, ਮੂੰਹ ਚੁਣਿਆ ਅੱਖੀ ਚੁਣੀਆਂ, ਫਿਰ ਮੈਂ ਦਿਨ ਕਹਿੰਦੇ ਤੇਰੇ ਵੰਜਣ ਨਾਲ ਮੇਰਾ ਨੁਕਸਾਨ ਕੁਝ ਨਹੀਂ, ਕਾਸਿਮ ਤੇਰੇ ਵੰਜਣ ਨਾਲ ਤੇ ਮੇਰੇ ਦੋ ਨੁਕਸਾਨ ਹੋਣ, ਮੇਰਾ ਬਦਰੀਆ ਹੀ ਮਰੀ ਹੋਣਾ ਤੇ ਮੇਰੀ ਧੀ ਵੀ ਦੇਵਾ ਹੋ ਬਣਗੀ, ਮੈਂ ਦੋਵੇਂ ਘਰ ਕਿਵੇਂ ਬਰਬਾਦ ਕਰਾਂ। ਥੋੜ੍ਹੀ ਜਿਹੀ ਸਾਈ ਕੱਢ, ਇਹ ਹੁਣ ਮੇਰੀ ਮਜਬੂਰੀ ਹੈ, ਸਾਈ ਕਢਾਉਣ ਹੀ ਮੇਰੀ ਮਜਬੂਰੀ ਹੈ, ਮੈਂ ਖੁਦ ਵੀ ਸਾਈ ਕੱਢਣਾ, ਕਿਉਂਕਿ ਉਹ ਜਿਹੜੀ 5-5 ਮਿੰਟ ਵਾਲੀ ਨਸਰ ਆਈ ਉਹ ਮੇਰੀ ਨਹੀਂ, ਉਹ ਮੈਂ ਘਬਰਾ ਥੱਕ ਜਾਣਾ, ਇਸ ਵਾਸਤੇ ਮਜਬੂਰਨ ਸਾਈ ਕੱਢਣਾ, ਕਢਾਉਂਦਾ ਹੀ ਹਾਂ ਕੱਢਦਾ ਹੀ ਹਾਂ। ਨਹੀਂ ਮੇਰਾ ਪੁੱਤ, ਤੂੰ ਮਾਂ ਦਾ ਸਹਾਰਾ ਹੈ, ਮੈਂ ਤੈਨੂੰ ਵੇਹਨਾ ਨਾ ਤਾਂ ਮੈਨੂੰ ਹੱਸਣ ਮੇਰਾ ਯਾਦ ਆ, ਤੇਰੀ ਕੋਈ ਯਾਦ ਨਹੀਂ। ਸਿਰ ਚਿੱਕਾ ਕਰਕੇ ਮਾਯੂਸ ਹੋ ਕੇ ਸ਼ਹਿਜ਼ਾਦਾ ਹਟਿਆ ਤੇ ਪਾਕ ਬੀਬੀ ਮੁਸੱਲਾ ਗੱਦੀ ਬੈਠੀ, ਮੁਸੱਲੇ ਦੇ ਉੱਤੇ ਬੈਠੀ, ਆਦੀ ਮੇਰਾ ਅੱਲਾ ਮੈਂ ਬੇਗਾਨੀ ਕੋਫ ਦੀਆਂ, ਦੁੱਧ ਤਾਂ ਮੈਂ ਪਿਵਾਇਆ ਨਾ ਤੇ ਪਾਲਿਆ ਸਾਂਭਿਆ ਤਾਂ ਮੈਂ, ਸ਼ਾਲਾ ਮੇਰਾ ਕਾਸਮ ਸੋਹਣਾ ਹੋ ਕੇ ਮਰੇ। ਇਹ ਮਾਂ ਬੈਠੀ ਦੁਆ ਮੰਗਦੀ ਹੈ ਆਪਣੇ ਅੱਲਾ ਦੇ ਦਰਬਾਰ ਚ, ਉਦੋਂ ਸ਼ਹਿਜ਼ਾਦਾ ਵਾਪਸ ਆਇਆ। ਅੰਮਾ ਸਲਾਮ, ਉਧਰ ਦਰ ਵੇਖ ਕੇ ਆਦੀ ਜੀਂਦਾ ਆ ਗਿਆ, ਹੇਠਾਂ ਮੂੰਹ ਕਰਕੇ ਆਦਾ, ਅੰਮਾ ਮੈਂ ਕਿਹਦੇ ਵੱਜਾਂ, ਤੂੰ ਭਿਜੇ ਨਹੀਂ ਤੇ ਚਾਚਾ ਇਜਾਜ਼ਤ ਨਹੀਂ ਦਿੰਦਾ, ਹੁਣ ਦੱਸੋ ਮੈਂ ਕਿਹਦੇ ਵੱਜਾਂ। ਸੈਣਾ ਦੀ ਚਾਚਾ ਕਿਹਾ ਤੇ, ਪਰ ਮੈਂ ਦਿਨ ਚਾਚਾ ਆਦਾ, ਮੈਂ ਤੈਨੂੰ ਵੇਖਾਂ ਤਾਂ ਮੈਨੂੰ ਹਸਨ ਨਜ਼ਰ ਆਉਂਦਾ, ਤੂੰ ਮਾਂ ਦਾ ਸਹਾਰਾ, ਮੈਂ ਤੈਨੂੰ ਨਹੀਂ ਭਿਜੇ। ਉਸੇ ਮੇਰੀ ਸੈਣਾ ਦੀ ਆ ਮੇਰੇ ਕੋਲ ਆ, ਇੱਕ ਤਾਵੀਜ਼ ਬੱਧਾ ਹੋਇਆ ਬਾਂਹ ਉੱਤੇ, ਪਰ ਮੈਂ ਇਹ ਖੋਲ, ਤਾਵੀਜ਼ ਖੁੱਲਿਆ, ਇਹ ਤਾਰੀਫ ਪੜੀ ਜਨਾਬੇ ਹਸਨ ਦੀ ਲਿਖੀ, ਉੱਤੇ ਲਿਖੇ ਹੋਇਆ ਹੁਸੈਨ ਬਿਰਾ ਮੇਰਾ ਸਲਾਮ ਹੋਈ, ਜਿਸੇ ਕੁਰਬਾਨੀਆਂ ਦਾ ਟਾਈਮ ਆਵੇ ਮੇਰੇ ਪੁੱਤਰ ਨੂੰ ਇਜਾਜ਼ਤ ਦੇਵੇ ਤਾਂ ਕਿ ਮੈਂ ਫਖਰ ਕਰ ਸਕਾਂ, ਮੇਰਾ ਪੁੱਤਰ ਵੀ ਕੁਰਬਾਨ ਹੋਇਆ। ਅਲਾਦਾ ਰੋ ਤਾਵੀਜ਼ ਕੱਢ ਕੇ ਸ਼ਹਿਜ਼ਾਦਾ ਭਜਦਾ ਆਇਆ, ਚਾਚੇ ਦੇ ਅੱਗੇ ਆਣ ਕੇ ਤਾਵੀਜ਼ ਰੱਖਿਆ, ਹੁਸੈਨ ਚਾਹ ਕੇ ਚੁੰਮਿਆ, ਚੁੰਮ ਕੇ ਫਿਰ ਮੈਂ ਇੰਨਾ ਲੀਲਾ ਆਇਓ, ਮੇਰਾ ਫਿਰਾ ਇਮਾਮ ਤੂੰ ਕਿਹੜੀਆਂ ਗੱਲਾਂ ਲਿਖ ਕੇ ਗਿਆ ਹੋਇਆ। ਸੁਭਾਨ ਸੁਭਾਨ, ਇੱਕ ਸੈਕਿੰਡ, ਅਸਲੇ ਨਾਲ ਤਾਂ ਲੈਸ ਹੋਏ ਹੋਏ ਹਨ, ਮਾਂ ਆਪ ਹਮਾਇਲ ਕੀਤੀ ਹੈ, ਇੱਕ ਸੈਕਿੰਡ ਫਿਰ ਥੋੜ੍ਹਾ ਜਿਹਾ ਤਲਵਾਰ ਹਮਾਇਲ ਨਾਲ ਆਈ, ਨੇਰਾ ਵੀ ਆ, ਅਲਬੱਤਾ ਮੈਂ ਤੀਰ ਕਮਾਣ ਵਾਲਾ ਕੋਈ ਨਹੀਂ ਪੜਿਆ, ਉਹ ਨਾ ਕੋਈ ਨਹੀਂ ਲਿਖਿਆ,
دو ہتھیار آئے، ایک نیزہ ایک تلوار آئی، تلوار پاسے نہ لٹکی ہوئی آئی، تے نیزہ سجے ہاتھ تے چا چھوٹی جی کھود بھی تھر تے آئی لوہے دی جتنا سن دے مطابق آئی۔ میرے آقا نے پہلا تو پھر تھی ڈٹھا شہزادے بد ڈٹھا پھر تو پہلا تک بد پہلا تو پھر تک انہیں کول بیٹھن جناب عباس ہی کول بیٹھے، جناب علی اکبر بیٹھے، صاحب بیٹھے، کوئی اور ہی چل حسین ویدا بیٹھے۔ بت میرے آقا نے فرمایا ایک بار ہٹھا بو قاسم بیٹھا تے ایتھو چمنا شروع کیتا نا، آئے گلا چومیا نے، موڈے چومے نے، سینہ چومیا نے۔ جناب عباس دوہ میری ارادہ کیتا جو میں پوچھا مولا ایتھو کیوں بیٹھے چوم دے ہو، دوے پاسے منہ کر کے مولا رو بھی لین دین تے ود ہاتھ چوم دین، آخر غازی نو پوچھنا پے گیا مولا منہ جو چومیا ہے بس کافی آ، ہاتھ نہ چوم دے ہو سینے نہ چوم دے ہو۔ پر میں نے عباس میں امام میں ویدا پیا لار تائیں نہ بان دے گھوڑے بھائی اتنا سمجھ تلے آ بجنا ہے مجھے میرے پدر دا نازک بدانے۔ اللہ اکبر آ گیا گھوڑا جناب قاسم، جسے گھوڑا ایک سیکنڈ گھوڑا جسے قریب آیا تو ادو جناب ایک بار پھر میں نے بابا قاسم بھائی نو میں چڑھے سی، جناب عباس پھر میں نے شاگردی میرا تے چڑھے تھے ہی میں، جناب قاسم آتا میں بے ادبی کیوں کر رہا میں آپ چڑھتا گھوڑا کدا والا تے آ کے شہزادہ 13 سال دا ایک تو یہ ارادہ کیتا رکاب پیر پاؤں تے لیکن اتنا نہیں وائی سکے، جس لیے تری میری کوشش کر دے پے ہیں جناب عباس نے ایتھو ہاتھ پایا کمر چ ہاتھ پا کے تے بسم اللہ پڑھ کے زین چ بہایا۔ حسین دی آواز آئی ہے میرا اللہ میرا یہ وہ فوجی ہے جنوں بھرا چاچے چاہ کے بہایا۔ قاسم گھوڑے تے سوار ہو گئے، تلوار نے لٹکی ہوئی ہے جے دا ہاتھ پھچے حسن دا چنگ، دروازے خیمے تو آواز آئی ہے جناب فضا دی مولا بہنا پہ آدی یعنی ایک میری قاسم نو خیمے دے چ بھیجو، اسی ویکھیے اپنے چن نو کیویں دھوڑے تے دھونا پہ لگدا شریفاں قاسم دا گھوڑا خیام وچ چمٹ مزدور نال نال جڑیاں رونیاں ہی آدیاں تے ماتم کردیاں، قاسم جھک جھک کے سلام ولک ماں خیمے دے رونی بیٹھی تے دعا ہی بیٹھی منگدی ہے میرا اللہ میرے پتر نو سونی موت دے۔ قاسم آدھا ہوں میرا سارے نو سلام ہو رہے ہوں اجازت دیو میں بنیا، قاسم باہر آیا جناب عباس نال ٹر دیا نے سبق دیا دیا نے میرا پتر لڑائی پہلی سب تے ہوئے تے نظر آخری تے ہوئے دشمن نو دھکے ہی کر کے لڑنا ہے ای لگام رکھنی ہے ای دے لگام رکھنی ہے۔ باہران کھلو دن جو اے ملون نکلیا ہے اردک بڑا نامی گرامی پلوانا ایسے اے لڑے آیا ہے نا، پہلے تو جناب غازی سمجھے ابھی ایک سیکنڈ دی بات ہے صرف، کیونکہ اس شہزادے نے 72 بندہ فنار کیتا ہے یہ تو دسے ہی کوئی نہیں نا ٹائم آن تو لڑائی دسی دی 72 بندہ فنار کیتا ہے حسن دے چن یزیدی فوج دا، یہ لائن جسے نکلے ہیں نا یہ ہزاراں دے نال اکلا لڑتا یہ ایڈا نامی گرامی پہلوان ہے۔ اسے جناب عباس تے کھلت تھا ٹھیکی تو بچ کے حسین نے پیرہ دے ادھر کیا دین مولا ہن میں نے بھیج میرے قاسم تے اردک دے جوڑ کوئی نہیں اور نامی گرامی پہلوان میرا پدر نہ آمور دے، پر میں نے نیا بات جڑا مقام قاسم دا ہے وہ تیرا نہیں، اس نے فنار کیتا شہزادے ہن اس حرام دا دے حکم دیتا ہے اے ہاشمیاں اے سارے علیاں ایک ایک نہ لڑ سک دو یک بار حملہ کرو میں دھیاں دے پردے قربان کر او شریف او گھوڑے بھج پے لمے دے اوپے اوپے دے لمے 500 گھوڑے دی سیکشن پئی بھجدی ہے شہزادہ وچ اڑی گیا اے حرام زادہ مارود پہلوان نے سر چ گرد ماریا ایڈے ظلم دے لتھا سر پھٹ گیا
ਚੰਦਿਆਂ ਦਾ ਕੀ ਰੱਖਾ ਭੈਣ ਪੈਰ ਫਸ ਗਏ ਮਰ ਵਿਆ ਗੱਲ ਨਾ ਪੜਾ ਆਖਿਰ ਮੂੰਹ ਚ ਨਿਕਲਿਆ ਬਾਬਾ ਹੁਸੈਨ ਮੇਰਾ ਆਖਰੀ ਸਲਾਮ ਹੋਵੀ ਹੁਸੈਨ ਔਖਾ ਉੱਠਿਆ ਕਮਰ ਤੇ ਹੱਥ ਰੱਖ ਕੇ ਆਇਆ ਕਰੀਬ ਤੇ ਕਿਹੜਾ ਸ਼ੀਆ ਬੱਚਾ ਜਿਹਨੂੰ ਨਹੀਂ ਪਤਾ ਜੋ ਲਾਸ਼ ਕਿਵੇਂ ਚਾਹੀਏ ਜੇ ਸਮੇਂ ਵਜੋ ਤਾਂ ਚਾਦਰ ਗੱਤੀ ਏ ਤੇ ਇੱਕ ਇੱਕ ਟੁਕੜਾ ਇਕੱਠਾ ਵਜੇ ਕਰਿਆ ਜਦੋਂ ਚਾਹ ਕੇ ਹਾਂ ਨਾ ਲਾਇਆ ਸਾਰੀਆਂ ਬੀਵੀਆਂ ਪਈਆਂ ਦੇ ਆ ਫਰਵਾ ਦੇ ਪੁੱਤਰ ਦੀ ਲਾਸ਼ ਪਈ ਆਉਂਦੀ ਹੈ ਉਹ ਕਿਹਾ ਵੀ ਮੇਰਾ ਪੁੱਤਰ 13 ਸਾਲਾਂ ਦਾ ਹੈ ਤਾਂ ਕਾਈ ਗੱਡੀ ਲਈ ਆਉਂਦਾ ਹੈ ਦਰਬਾਰੇ ਤੇ ਰੱਖਿਆ ਦੇ ਨਾ ਉਹ ਬੀਵੀਆਂ ਜਿੰਨਾ ਮਿਲਣਾ ਮਿਲ ਲੈ ਸਲਾਮ ਦਿਓ ਆਖੋ ਆ ਰੋਵੇ ਸ਼ਹੀਦ ਮਾਤਮ ਕਰਨਾ ਸਵਾਬ ਦੀਓ ਕਿ ਆਦੀ ਮੇਰੀ ਮਾਂ ਨੂੰ ਆਖੋ ਪਾਸੇ ਹੋ ਵਣੇ ਮੇਰਾ ਸਾਇਆ ਨਾ ਪਵੇ ਅਲਾ ਅਲਾ ਨਤੁਲਾ ਹੈ ਅਲਾ ਅਲਾ ਹੈ ਮਲੋਨੀ ਇਨ ਯੋਮੇ ਨਾ ਹਾਲਾ ਬਿਲਾ ਯੋਮੇ ਦੀਨ।